ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ। ਇਸ ਵੇਲੇ ਅਸੀਂ ਮੌਜੂਦ ਹੈਗੇ ਚਗਿੱਟੀ ਫਲਾਈਓਵਰ ਦੇ ਕੋਲ, ਜਿੱਥੇ ਕਿ ਜਿਹੜਾ ਲੰਬੇ ਸਮੇਂ ਤੋਂ ਪੁਲ ਜਿਹੜਾ ਸੀ ਫਲਾਈਓਵਰ ਸੀਗਾ, ਉਡੀਕ ਕਰ ਰਿਹਾ ਸੀਗਾ ਕਿ ਕੋਈ ਆਵੇ, ਕੋਈ ਉਹਦਾ ਉਦਘਾਟਨ ਕਰੇ, ਤਾਂ ਕਿ ਜਿਹੜੇ ਆਸ ਪਾਸ ਜਿਹੜੇ ਲੋਕ ਰਹਿੰਦੇ ਨੇ, ਜਿਵੇਂ ਕਿ ਜਿਹੜੀ ਆਬਾਦੀ ਵਾਲਾ ਖੇਤਰ ਹੈਗਾ ਜਾਂ ਯੂਨੀਵਰਸਿਟੀ ਹੈਗੀ ਉੱਥੇ ਲਾਗੇ ਜਾਂ ਬੇਅੰਤ ਨਗਰ ਹੈਗਾ, ਉਸ ਉਸਦੇ ਆਸ ਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਫਾਟਕ ਬੰਦ ਹੋ ਜਾਂਦਾ ਸੀਗਾ। ਲੰਬਾ ਸਮਾਂ ਫਾਟਕ ਬੰਦ ਹੋਣ ਕਰਕੇ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਦੂਸਰੇ ਪਾਸੇ ਜਿਹੜੀ GNDU ਯੂਨੀਵਰਸਿਟੀ ਹੈਗੀ ਆ, ਉਸ ਦੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਫਾਟਕ ਬੰਦ ਹੋਣ ਕਰਕੇ ਬੱਚਿਆਂ ਨੂੰ ਸਿੱਖਿਆ ਦੇ ਵਿੱਚ ਉੱਥੇ ਆਪਣੇ ਕਾਲਜ 'ਚ ਪਹੁੰਚਣ ਲਈ ਦੇਰੀ ਹੁੰਦੀ ਸੀ, ਜਿਹਦੇ ਕਰਕੇ ਉਹਨਾਂ ਦਾ ਨੁਕਸਾਨ ਹੁੰਦਾ ਸੀਗਾ। ਮੇਰੇ ਨਾਲ ਇਸ ਵੇਲੇ ਰਮਨ ਅਰੋੜਾ, ਜਿਹੜੇ ਹਲਕਾ ਸੈਂਟਰਲ ਦੇ ਵਿਧਾਇਕ ਹੈਗੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਵੇਲੇ ਉਸ ਪੁਲ ਜਿਹੜਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ, ਉਸਦਾ ਉਦਘਾਟਨ ਕੀਤਾ ਗਿਆ, ਅਮਲੀ ਜਾਮਾ ਜਿਹੜਾ ਹੈਗਾ ਉਹਨੂੰ ਪਹਿਨਾਇਆ ਗਿਆ ਰਮਨ ਅਰੋੜਾ ਜੀ ਵੱਲੋਂ। ਰਮਨ ਜੀ, ਅੱਜ ਤੁਹਾਡੇ ਵੱਲੋਂ ਅਮਲੀ ਜਾਮਾ ਪਹਿਨਾਇਆ ਗਿਆ, ਉਦਘਾਟਨ ਕੀਤਾ ਗਿਆ, ਕਾਫੀ ਲੰਬੇ ਅਰਸੇ ਤੋਂ ਡਿਮਾਂਡ ਸੀ ਲੋਕਾਂ ਦੀ ਵੀ ਜਲਦੀ ਤੋਂ ਜਲਦੀ ਜਿਹੜਾ ਫਲਾਈਓਵਰ ਚੱਲੇ, ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਉਸ ਤੋਂ ਆਜ਼ਾਦੀ ਮਿਲੇ, ਆਰਾਮ ਮਿਲੇ। ਲੋਕ ਹਿੱਤ ਨੂੰ ਦੇਖਦੇ ਹੋਏ ਹੱਲੇ ਅਸੀਂ ਜਿਹੜੇ ਛੋਟੇ 4-ਵੀਲਰ ਹੈ ਉਹ ਅੱਜ ਅਸੀਂ ਚਲਾ ਦਿੱਤੇ ਗਏ ਆ, ਕਿਉਂਕਿ BBM ਵਾਲੇ ਤਾਰਾਂ ਦਾ ਥੋੜਾ ਜਿਹਾ ਇਸ਼ੂ ਹੈਗਾ, ਉਹ ਵੀ 40-45 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਏਗਾ, ਫਿਰ ਹਰ ਵਹੀਕਲ ਵਾਸਤੇ ਇਹ ਅਸੀਂ ਓਪਨ ਕਰ ਦਿਆਂਗੇ, ਪਰ ਜਿਹੜੇ ਛੋਟੇ ਵਹੀਕਲ ਨੇ ਉਹਨਾਂ ਵਾਸਤੇ ਅਸੀਂ ਅੱਜ ਚਲਾ ਦਿੰਦੇ। 2-4 ਪਹੀਆ ਕਾਰਾਂ ਜਿਹੜੀਆਂ ਛੋਟੀਆਂ ਕਾਰਾਂ ਵੱਡੀਆਂ ਕਾਰਾਂ ਉਹ ਚੱਲਣਗੀਆਂ, ਜਿਹੜੇ ਵੱਡੇ ਟੈਂਪੂ ਵਗੈਰਾ ਨੇ, ਜਿਹੜੀਆਂ ਵੱਡੀਆਂ ਟਰੱਕ ਵਗੈਰਾ ਨੇ, ਉਹ ਉਹਨਾਂ ਵਾਸਤੇ ਹਲੇ ਰੋਕ ਹੈ। ਕਾਰਨ ਕੀ ਹੈਗਾ, ਕਿਉਂ ਉਹਨਾਂ ਨੂੰ BBM ਦੀਆਂ ਤਾਰਾਂ ਉਹ ਥੋੜੀ ਹਾਈ ਟੈਂਸ਼ਨ ਦੀਆਂ ਤਾਰਾਂ ਕਰਕੇ? ਹਾਂ, ਉਹਦੀ ਪ੍ਰੋਬਲਮ ਹੈਗੀ ਆ, ਤੇ ਉਹ ਵੀ ਥੋੜੇ ਦਿਨਾਂ ਦੇ ਵਿੱਚ 30-40 ਦਿਨਾਂ ਦੇ ਵਿੱਚ ਉਹਨੂੰ ਵੀ ਕਲੀਅਰ ਕਰਕੇ ਫਿਰ ਇਹਨੂੰ ਬਿਲਕੁਲ ਓਪਨ ਔਰ ਸਿਸਟਮੈਟਿਕਲੀ ਜਿਹੜਾ ਵਧੀਆ ਤਰੀਕੇ ਨਾਲ ਉਦਘਾਟਨ ਕੀਤਾ ਜਾਏਗਾ। CM ਸਾਹਿਬ ਨੂੰ ਬੁਲਾ ਕੇ ਕੋਸ਼ਿਸ਼ ਕਰਾਂਗੇ, ਉਹਨਾਂ ਕੋਲ ਟਾਈਮ ਲੈ ਕੇ ਉਹਨਾਂ ਕੋਲ ਉਦਘਾਟਨ ਕਰਾਵਾਂਗੇ। ਬਿਲਕੁਲ, ਇਸ ਵੇਲੇ ਵਿਧਾਇਕ ਰਮਨ ਅਰੋੜਾ ਵੱਲੋਂ ਅਮਲੀ ਜਾਮਾ ਪਹਿਨਾਇਆ ਗਿਆ, ਔਰ ਉਹਨਾਂ ਨੇ ਖਾਸ ਤੌਰ ਤੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ 2-4 ਪਹੀਆ ਵਾਹਨ ਹੈਗੇ, ਲਾਈਟ ਵਹੀਕਲ ਹੈਗੇ ਆ, ਹਲਕੇ ਵਾਹਨ ਹੈਗੇ, ਉਹਨਾਂ ਵਾਸਤੇ ਇਹ ਜਿਹੜਾ ਪੁਲ ਜਿਹੜਾ ਉਹਦਾ ਉਦਘਾਟਨ ਕੀਤਾ ਗਿਆ। ਕਾਰਨ ਹੈਗਾ ਕਿ ਜਿਹੜੇ BBM ਵੀ ਜਿਹੜਾ ਲਾਗੇ ਬਿਜਲੀ ਬੋਰਡ ਪੈਂਦਾ ਹੈਗਾ, ਉਹਦੀਆਂ ਤਾਰਾਂ ਜਿਹੜੀਆਂ ਨੀਵੀਆਂ ਹੋਣ ਕਰਕੇ ਥੱਲੇ ਜਿਹੜਾ ਉਦਘਾਟਨ ਹੈ ਉਹ 2-4 ਪਹੀਆ ਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਾਸਤੇ ਖੋਲਿਆ ਗਿਆ। ਜਿਹੜੇ ਵੱਡੇ ਵਹੀਕਲ ਹੈਗੇ ਆ, ਟਰੱਕ ਜਾਂ ਟੈਂਪੂ ਦੀ ਗੱਲ ਕਰੀਏ, ਉਹਨਾਂ ਨੂੰ ਹਜੇ ਆਵਾਜਾਈ ਤੋਂ ਇੱਥੋਂ ਰੋਕਿਆ ਗਿਆ, ਉਹ ਇਸ ਪੁਲ ਦੇ ਪੁਲ ਤੋਂ ਹਜੇ ਵਾਂਝੇ ਰਹਿਣਗੇ। ਉਹਨਾਂ ਵਾਸਤੇ ਜਿਹੜਾ ਦੂਸਰੇ ਪਾਸੇ ਰਸਤਾ ਹੈਗਾ, ਇੱਕ ਪੁਲ ਦੇ ਨਾਲ ਜਿਹੜੀ ਦੂਸਰੀ ਸਾਈਡ ਤੇ ਜਿਹੜਾ ਰਸਤਾ ਹੈਗਾ, ਉੱਧਰ ਦੀ ਉਹ ਵਹੀਕਲ ਜਿਹੜੇ ਆ ਜਾ ਸਕਦੇ ਨੇ। ਹਾਲਾਂਕਿ ਜਿਹੜਾ ਇਹ ਰਸਤਾ ਹੈਗਾ ਹਲੇ ਇਹ ਛੋਟੇ ਵਹੀਕਲਾਂ ਵਾਸਤੇ ਹੀ ਓਪਨ ਕੀਤਾ ਗਿਆ, ਔਰ ਰਮਨ ਅਰੋੜਾ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜਲਦ ਹੀ 40-45 ਦਿਨਾਂ ਤੱਕ ਜਿਹੜੀਆਂ ਤਾਰਾਂ ਹੈਗੀਆਂ ਉਹਨਾਂ ਨੂੰ ਉੱਚਾ ਕਰਕੇ ਜਿਹੜੇ CM ਸਾਹਿਬ ਹੈਗੇ ਨੇ, ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਵੱਲੋਂ ਇਹਦਾ ਜਿਹੜਾ ਸਹੀ ਜਿਹੜਾ ਉਦਘਾਟਨ ਹੈ ਉਹਨਾਂ ਵੱਲੋਂ ਕਰਵਾਇਆ ਜਾਵੇਗਾ, ਤੇ ਜਲਦ ਹੀ ਉਹ ਵੀ ਮੌਕਾ ਦੇਖਣ ਨੂੰ ਮਿਲੇਗਾ ਜਦੋਂ CM ਸਾਹਿਬ ਆਣਗੇ ਤੇ ਆਪਣੇ ਕਰ ਕਮਲਾਂ ਨਾਲ ਇਸ ਫਲਾਈਓਵਰ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਨਜ਼ਰ ਆਣਗੇ। ਨਵੀਂ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਧੰਨਵਾਦ।